ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, 10th ਕਲਾਸ ਦੀ ਮੈਥ ਦੀ ਬੁੱਕ ਦਾ ਚੈਪਟਰ ਨੰਬਰ 3 ਪੇਅਰ ਆਫ ਇਕੁਏਸ਼ਨਸ ਇਨ ਟੂ ਵੇਰੀਏਬਲਸ ਐਕਸਰਸਾਈਜ਼ 3.1 ਤੇ ਇਸ ਦਾ ਲਾਸਟ ਕੁਐਸਚਨ ਨੰਬਰ 7 ਅਸੀਂ ਇਸ ਵੀਡੀਓ 'ਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਤੇ ਸਮਝੋ। ਆਂਸਰ ਨੂੰ ਆਪਣੀ ਨੋਟਬੁੱਕ ਵਿੱਚ ਕਾਪੀ ਡਾਊਨ ਕਰ ਲਓ, ਪਰ ਬਾਅਦ ਵਿੱਚੋਂ ਕੁਐਸਚਨ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦੀ ਪ੍ਰੈਕਟਿਸ ਵੀ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ, ਤੁਹਾਡੀ 10th ਕਲਾਸ ਨਾਲ ਜੁੜੀਆਂ ਕੁਝ ਹੋਰ ਪਲੇਲਿਸਟ ਵੀ ਹੈਗੀਆਂ ਨੇ, ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ। ਇੱਕ ਹੈਗੀ ਹੈ 10th ਮੈਥ ਨੋਟਸ, ਇੱਕ ਹੈਗੀ 10th ਸਾਇੰਸ, ਇੱਕ ਹੈਗੀ 10th ਇੰਗਲਿਸ਼ MCV, ਇੱਕ ਹੈਗੀ 10th ਇੰਗਲਿਸ਼ ਲਿਟਰੇਚਰ, ਇੱਕ ਹੈਗੀ ਹੈ 10th ਗ੍ਰੈਮਰ, ਫਿਰ ਇੱਕ ਹੈਗੀ ਹੈ 10ਵੀਂ ਗਣਿਤ ਪੰਜਾਬੀ ਮੀਡੀਅਮ ਵਿੱਚ, ਇੱਕ ਹੈਗੀ ਮੈਥ ਕਨਸੈਪਟਸ, ਇੱਕ ਹੈਗੀ ਗਣਿਤ ਦੇ ਸਿਧਾਂਤ, ਇੱਕ ਹੈਗੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ ਬੱਚੋ, ਚੈਨਲ ਤੇ ਜਾਓ, ਪਲੇਲਿਸਟ ਤੇ ਟੈਪ ਕਰੋ ਤੇ ਇਹਨਾਂ ਪਲੇਲਿਸਟ ਨੂੰ ਵੀ ਖੋਲ ਕੇ ਬੜੇ ਸਾਰੇ ਯੂਸਫੁਲ ਵੀਡੀਓਜ਼ ਨੇ, ਉਹਨਾਂ ਨੂੰ ਵੀ ਜ਼ਰੂਰ ਦੇਖੋ। ਆਓ ਦੇਖੀਏ ਬੱਚੋ, ਉਹਨੇ ਵਾਲਾ ਕੁਐਸਚਨ ਕਹਿੰਦੇ, ਡਰਾ ਦੀ ਗ੍ਰਾਫਸ ਆਫ ਦੀ ਇਕੁਏਸ਼ਨਸ ਐਕਸ ਮਾਈਨਸ ਵਾਈ ਪਲੱਸ 1 ਇਜ਼ ਇਕੁਅਲ ਟੂ 0 ਐਂਡ 3x ਪਲੱਸ 2y ਮਾਈਨਸ 12 ਇਜ਼ ਇਕੁਅਲ ਟੂ 0। ਡਿਟਰਮਿਨ ਦੀ ਕੋਆਰਡੀਨੇਟਸ ਆਫ ਦੀ ਵਰਟੀਸਿਸ ਆਫ ਦੀ ਟ੍ਰਾਇੰਗਲ ਫਾਰਮਡ ਬਾਈ ਦੀਜ਼ ਲਾਈਨਸ ਐਂਡ ਦੀ ਐਕਸ ਐਕਸਿਸ ਐਂਡ ਸ਼ੇਡ ਦੀ ਟ੍ਰਾਇੰਗੂਲਰ ਏਰੀਆ। ਸੋ ਆਓ ਦੇਖੀਏ ਬੱਚੋ, ਬੜਾ ਸੌਖਾ ਸਵਾਲ ਹੈ। ਪਹਿਲੀ ਇਕੁਏਸ਼ਨ ਲਿਖ ਲਈ, ਇਹਨੂੰ ਨੰਬਰ 1 ਦੇ ਦਿੱਤਾ। ਦੂਜੀ ਇਕੁਏਸ਼ਨ ਲਿਖ ਲਈ, ਇਹਨੂੰ ਨੰਬਰ 2 ਦੇ ਦਿੱਤਾ ਤੇ ਇਹਦਾ ਅਸੀਂ ਬਣਾ ਲਿਆ ਬਾਕਸ, ਇਸ ਤਰ੍ਹਾਂ ਬਣਾ ਲਿਆ ਐਕਸ ਵਾਈ, ਇਹਦਾ ਵੀ ਬਾਕਸ ਬਣਾ ਲਿਆ। ਤੇ ਬੱਚੋ, ਅਸੀਂ ਹੁਣ ਘੱਟ ਤੋਂ ਘੱਟ 3 ਪੇਅਰ ਬਣਾਉਣੇ ਨੇ ਤਾਂ ਕਿ ਉਹਦੀ ਮਦਦ ਦੇ ਨਾਲ ਅਸੀਂ ਲਾਈਨ ਡਰਾ ਕਰ ਸਕੀਏ, ਬਿਕੋਜ਼ ਈਚ ਲੀਨੀਅਰ ਇਕੁਏਸ਼ਨ ਰਿਪਰੈਜ਼ੈਂਟਸ ਅ ਲਾਈਨ। ਠੀਕ ਹੈ ਜੀ। ਸੋ ਬੱਚੋ, ਇੱਥੇ ਜਿਹੜੇ 0 ਪਾਇਆ, ਐਕਸ ਨੂੰ 0 ਪਾਇਆ ਤੇ ਸਾਡੇ ਕੋਲ ਵਾਈ 1 ਆ ਗਿਆ, ਸਭ ਪਤਾ ਇੱਥੇ 0 ਪਾਵਾਂਗੇ, ਮਾਈਨਸ ਵਾਈ ਇੱਧਰ ਆ ਜਾਏਗਾ ਤੇ ਵਾਈ ਇਜ਼ ਇਕੁਅਲ ਟੂ 1 ਹੋ ਜਾਏਗਾ। ਇਸੇ ਤਰ੍ਹਾਂ ਬੱਚੋ, ਜਦੋਂ ਮੈਂ ਐਕਸ ਦੀ ਜਗ੍ਹਾ 1 ਪਾਇਆ, ਸੋ 1 ਪਲੱਸ 1 2 ਆ ਜਾਏਗਾ ਤੇ ਵਾਈ ਇੱਧਰ ਚਲਾ ਜਾਏਗਾ ਤੇ ਵਾਈ ਇਜ਼ ਇਕੁਅਲ ਟੂ 2 ਆ ਜਾਏਗਾ। ਜਦੋਂ ਮੈਂ ਐਕਸ 3 ਪਾਇਆ ਤੇ ਬੱਚਿਓ 3 ਪਲੱਸ 1 4 ਤੇ ਮਾਈਨਸ ਵਾਈ ਇੱਧਰ ਆ ਜਾਏਗਾ ਤੇ ਵਾਈ ਇਜ਼ ਇਕੁਅਲ ਟੂ 4 ਹੋ ਗਿਆ, ਇਦਾਂ ਵੈਲਿਊ ਆ ਗਈ। ਇਸੇ ਤਰ੍ਹਾਂ ਜਿਹੜੀ ਇਹ ਵਾਲੀ ਇਕੁਏਸ਼ਨ ਹੈ, ਜਦੋਂ ਮੈਂ ਐਕਸ ਨੂੰ 0 ਪਾਇਆ ਤੇ ਵਾਈ ਇਜ਼ ਇਕੁਅਲ ਟੂ 12 ਇੱਧਰ ਚਲਾ ਗਿਆ ਤੇ 2 6 12, ਠੀਕ ਹੈ 6 ਆ ਗਿਆ। ਜਦੋਂ ਮੈਂ ਐਕਸ ਦੀ ਵੈਲਿਊ 2 ਪਾਈ ਤਾਂ 3 ਦੂਣੀ 6 ਹੋ ਗਿਆ, ਸੋ 6 ਚੋਂ 12 ਆ ਗਿਆ ਮਾਈਨਸ 6, ਮਾਈਨਸ 6 ਇੱਥੇ ਆ ਗਿਆ ਪਲੱਸ 6 ਹੋ ਗਿਆ, ਸੋ 2 3 ਦਾ 6। ਇਸੇ ਤਰ੍ਹਾਂ ਜਦੋਂ 4 ਪਾਇਆ, 4 3 ਦਾ 12, 12 ਚੋਂ 12 ਗਿਆ 0 ਤੇ ਬੱਚਿਓ ਇਹ ਜਿਹੜਾ y ਜਿਹੜਾ ਤੁਹਾਡਾ ਇਹ 0 ਆ ਗਿਆ। ਠੀਕ ਹੈ ਜੀ। ਸੋ ਇਸ ਤਰ੍ਹਾਂ ਬੱਚਿਓ ਸਾਡੇ ਕੋਲ ਇਹ ਬਣ ਗਏ, ਕੋਆਰਡੀਨੇਟਸ ਬਣ ਗਏ। ਹੁਣ ਅਸੀਂ ਇਹਨਾਂ ਨੂੰ ਪਲਾਟ ਕਰਾਂਗੇ। ਸੋਚਿਓ ਅਸੀਂ ਗ੍ਰਾਫ ਪੇਪਰ ਲੈ ਲਿਆ ਇਸ ਤਰ੍ਹਾਂ, ਇਹ x ਐਕਸਿਸ ਬਣ ਗਿਆ, ਇਹ ਤੁਹਾਡਾ y ਐਕਸਿਸ ਬਣ ਗਿਆ, ਇੱਥੇ ਇਹ y ਐਕਸਿਸ ਬਣ ਗਿਆ ਇਸ ਤਰ੍ਹਾਂ, y ਥੋੜਾ ਇੱਧਰ ਹੋ ਗਿਆ, ਇੱਧਰ ਆਣਾ y ਇੱਧਰ ਤੇ y ਡੈਸ਼ ਇੱਧਰ। ਸੋ ਬੱਚਿਓ ਇਹ ਹੁਣ ਸਾਡਾ ਇਹ 0 ਹੈਗਾ, 1 2 3 4 5, ਇਸੇ ਤਰ੍ਹਾਂ 1 2 3 4 5 ਤੇ ਇਹ ਵਾਲੀ ਇਕੁਏਸ਼ਨ ਬੱਚਿਓ ਲੈ ਲਈ ਅਸੀਂ 0 1, ਇਹ ਦੇਖੋ ਇਹ ਅਸੀਂ ਲੈ ਲਈ ਇਹ 0 1, ਇਹ ਪਲਾਟ ਕੀਤਾ ਇਹ 0 1, ਫਿਰ 1 2, ਫਿਰ ਇਹ 1 ਔਰ 2 ਇਹ ਪੁਆਇੰਟ ਆ ਗਿਆ ਤੇ 3 4 ਇਹ 3 4 ਤੇ ਬੱਚਿਓ ਅਸੀਂ ਲਾਈਨ ਡਰਾ ਕਰ ਦਿੱਤੀ, ਇਹਦਾ ਕ੍ਰਾਸ ਕਰ ਦਿੱਤੀ। ਐਕਸ ਐਕਸਿਸ ਨੂੰ ਕ੍ਰਾਸ ਕਰਨੀ ਕਿਉਂਕਿ ਐਕਸ ਐਕਸਿਸ ਦੇ ਨਾਲ ਟ੍ਰਾਇੰਗਲ ਬਣਾਉਣਾ ਹੈ। ਠੀਕ ਹੈ ਜੀ। ਫਿਰ ਅਸੀਂ ਇਹ ਲਈ 0 6, ਸੋ 0 ਐਕਸ 0 ਹੈਗਾ, y 6 ਹੈਗਾ, 0 6, ਫਿਰ 2 3, 2 3, ਇਹ 2 3 ਸੋਲੂਸ਼ਨ ਹੋ ਗਿਆ ਇਹਦਾ ਨਾਲੇ, ਠੀਕ ਹੈ ਨਾ, ਤੇ ਆ ਗਿਆ 4 0। ਸੋ x ਇਜ਼ 4, y ਇਜ਼ 0 ਤੇ 4 0 ਹੋ ਗਿਆ। ਸੋ ਬੱਚੋ ਇਹ ਉਹਨੇ ਦੋ ਲਾਈਨਾਂ ਇਹ ਇੰਟਰਸੈਕਟ ਕਰ ਰਹੀਆਂ ਤੇ ਇੰਟਰਸੈਕਟ ਕਰ ਰਹੀਆਂ ਵਿਦ ਐਕਸ ਐਕਸਿਸ, ਤੇ ਇਹਨਾਂ ਨੇ ਇਹ ਕਿਹਾ ਫਾਇੰਡ ਦੀ ਵਰਟੀਸਿਸ ਆਫ ਦੀ ਟ੍ਰਾਇੰਗਲ ਫਾਉਂਡ ਬਾਈ ਦੀਸ ਟੂ ਲਾਈਨਸ ਵਿਦ ਦੀ ਐਕਸ ਐਕਸਿਸ। ਸੋ ਬੱਚੋ ਐਟ ਐਂਡ ਸ਼ੇਅਰ ਦੀ ਟ੍ਰਾਇੰਗੂਲਰ ਏਰੀਆ। ਸੋ ਅਸੀਂ ਬੱਚੋ ਸ਼ੇਡਿੰਗ ਕਰ ਦਿੱਤੀ ਹੈ, ਇਹ ਸ਼ੇਡ ਵੀ ਕਰ ਦਿੱਤੀ। ਹੁਣ ਇਹਦੇ ਬੱਚੇ ਅਸੀਂ ਲੈਣੇ ਨੇ
वर्टिसेस। सो एक वर्टेक्स से वर्टेक्स से बने टू थ्री, सो टू थ्री एक वर्टेक्स बन गया अवला है बच्चों। इतने माइनस वन है या जीरो है, सो माइनस वन जीरो, माइनस वन जीरो, क्योंकि माइनस वन तो हो गया एक्स, तो वाई जीरो है क्योंकि एक्स एक्सिस से वाई जीरो होंगे। तो इसी तरह जोड़ा ए वाला पॉइंट है ए फोर एक्स हो गया, तो वाई जोड़ा है जीरो हो जाएगा बिकॉज एक्स एक्सिस से वाई कोऑर्डिनेट जीरो होंगे। सो बच्चों ऐसे साढ़े बन गए कोऑर्डिनेट्स ऑफ द वर्टिसेस ऑफ द ट्राइंगल फाउंड बाय दीज लाइन्स एंड द एक्स एक्सिस आर माइनस वन जीरो टू थ्री एंड फोर जीरो। सो बच्चों इन्ना सिंपल जहा क्वेश्चन सी, बस सारी गल जी है ए पॉइंट्स नूं लभण दी है ते पॉइंट्स नूं प्लॉट करके ग्राफ ड्रॉ करन दी है, जो कि प्रैक्टिस दे नाल ही आएगा। सो तुसीं इस क्वेश्चन की चंगी तरह प्रैक्टिस कर लेनी है। सो इहदे नाल ही बच्चों तुहाडी एक्सरसाइज 3.1 इत्थे ही समाप्त हुंदी है। तुसीं इसी तरह नेम नाल, उत्साह नाल, अनुशासन नाल अपनी पढ़ाई करी चलो, ते अगले वीडियो तक लई रब राखा। तुहाडा सारिआं दा बहुत बहुत धन्नवाद।